ਦਿੱਲੀ ਤੋਂ ਆਇਆ ਪਰਿਵਾਰ ਹਵੇਲੀ ਵਿੱਚ ਭੁੱਬਾ ਮਾਰ ਮਾਰ ਰੋਇਆ। ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਅਤੇ ਪੂਰਾ ਪਰਿਵਾਰ ਦਿੱਲੀ ਤੋਂ ਆਇਆ ਅਤੇ ਮੂਸੇਵਾਲੇ ਦੀ ਹਵੇਲੀ ਆ ਕੇ ਭੈਣ ਬਹੁਤ ਜ਼ਿਆਦਾ ਭਾਵਕ ਨਜ਼ਰ ਆਈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀ ਕੀ ਹਾਲ ਹੋ ਜਾਂਦੇ ਨੇ ਹਵੇਲੀ ਦੇ ਵਿੱਚ ਪਹੁੰਚ ਕੇ। ਵੀਡੀਓ ਨੂੰ ਚਲਦੀ ਚਲਦੀ ਨੂੰ ਕਰਿਓ ਲਾਈਕ ਕਰਕੇ ਸ਼ੇਅਰ ਅਤੇ ਕਮੈਂਟਾਂ 'ਚ ਲਿਖਿਓ ਜਸਟ ਫੋਰ ਸਿੱਧੂ ਮੂਸੇਵਾਲਾ। ਅਤੇ ਆ ਭੈਣ ਜੋ ਰੋ ਰਹੀ ਹੈ, ਜਿਸਦੇ ਰੋਣ ਦਾ ਕਾਰਨ ਸਿਰਫ ਇੱਕ ਹੈ ਕਿ ਸਿੱਧੂ ਮੂਸੇਵਾਲੇ ਨੂੰ ਮਿਲਣ ਦੀ ਰੀਸ ਸੀ ਪਰ ਉਹ ਇੱਛਾ ਸਾਡੀ ਪੂਰੀ ਨਹੀਂ ਹੋਈ। ਅੱਜ ਪਰਿਵਾਰ ਨੂੰ ਸਪੈਸ਼ਲ ਦਿੱਲੀ ਤੋਂ ਲੈ ਕੇ ਹਵੇਲੀ ਪਹੁੰਚਿਆ। ਹਵੇਲੀ 'ਚ ਆ ਕੇ ਜਦੋਂ ਥਾਰ ਨੂੰ ਦੇਖਿਆ, ਹਵੇਲੀ ਨੂੰ ਦੇਖਿਆ ਤਾਂ ਬਹੁਤ ਭਾਵਕ ਹੋਈ। ਹੱਥ ਦੇ ਉੱਪਰ ਲਿਖਵਾਇਆ ਸਿੱਧੂ ਜਾਨ ਮੂਸੇਵਾਲਾ। ਇਸ ਭੈਣ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲੇ ਨੂੰ ਸਾਡਾ ਪੂਰਾ ਪਰਿਵਾਰ ਬਹੁਤ ਜ਼ਿਆਦਾ ਲਾਈਕ ਕਰਦਾ ਅਤੇ ਪਹਿਲੇ ਦਿਨ ਤੋਂ ਫੋਲੋ ਕਰਦੇ ਹਾਂ। ਸਿੱਧੂ ਦੇ ਅਣਖਾਂ ਵਾਲੇ ਗੀਤ ਸੁਣ ਕੇ ਸਾਨੂੰ ਵੀ ਇੰਝ ਲੱਗਦਾ ਚਾਹੇ ਅਸੀਂ ਦਿੱਲੀ 'ਚ ਬੈਠੇ ਹਾਂ, ਪਰ ਜੋ ਪੰਜਾਬੀ ਅਤੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਹੁੰਦਾ ਉਹ ਸਿੱਧੂ ਮੂਸੇਵਾਲੇ ਦੇ ਗੀਤ ਸੁਣ ਕੇ ਹੁੰਦਾ। ਵੀਡੀਓ ਨੂੰ ਹੁਣ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਅਤੇ ਇਸ ਫੈਨ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਅਜਿਹੇ ਫੈਨ ਰੋਜ਼ਾਨਾ ਸਿੱਧੂ ਦੀ ਹਵੇਲੀ ਆਉਂਦੇ ਰਹਿੰਦੇ ਨੇ ਅਤੇ ਆਪੋ ਆਪਣੇ ਤਰੀਕੇ ਦੇ ਨਾਲ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਨੇ। ਪਰਿਵਾਰ ਨੂੰ ਮਿਲ ਕੇ ਇਹ ਭੈਣ ਬਹੁਤ ਜ਼ਿਆਦਾ ਭਾਵਕ ਹੋਈ। ਇਸਦਾ ਕਹਿਣਾ ਸੀ ਕਿ ਇਸਦੇ ਬੱਚੇ ਸਿੱਧੂ ਮੂਸੇਵਾਲੇ ਦੇ ਗੀਤ ਤੋਂ ਇਲਾਵਾ ਕੋਈ ਵੀ ਗੀਤ ਨਹੀਂ ਸੁਣਦੇ ਅਤੇ ਇਸਦੇ ਘਰ ਵਾਲਾ ਸਿੱਧੂ ਮੂਸੇਵਾਲੇ ਦਾ ਉਹ ਕੱਟੜ ਫੈਨ ਹੈ ਜੋ ਸਿੱਧੂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ। ਸਿੱਧੂ ਨੂੰ ਪੂਰਾ ਪਰਿਵਾਰ ਪਹਿਲੇ ਦਿਨ ਤੋਂ ਫੋਲੋ ਕਰਦਾ। ਕੀ ਕਹਿੰਦਾ ਇਹ ਪਰਿਵਾਰ ਸੁਣ ਕੇ ਕਰ ਦਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰਕੇ ਕਮੈਂਟਾਂ 'ਚ ਜ਼ਰੂਰ ਮੈਂ ਬਹੁਤ ਐਕਸਾਈਟਿਡ ਸੀ ਜਦ ਮੈਂ ਆਉਣਾ ਚਾਹਤੀ ਸੀ, ਪਰ ਯਹਾਂ ਆ ਕੇ ਨਾ ਕੁਛ ਅੱਛਾ ਸਾ ਨਹੀਂ ਲੱਗ ਰਿਹਾ ਸਭ ਦੇਖ ਕੇ। ਮਤਲਬ ਇੱਕ ਇਨਸਾਨ ਨੇ ਇਤਨਾ ਅੱਛਾ ਸਭ ਕੁਝ ਆਪਣੇ ਲਈ ਬਣਾਇਆ ਔਰ ਵੋ ਰਹਿ ਵੀ ਨਹੀਂ ਪਾਇਆ ਉਸਮੇ, ਔਰ ਅਬ ਸਭ ਬਸ ਇੱਕ ਮੈਮੋਰੀਅਲ ਬਣ ਕੇ ਰਹਿ ਗਿਆ। ਕਬ ਸੇ ਫੋਲੋ ਕਰਤੇ ਥੇ? ਜਬ ਸੇ ਜਾਣਤੀ ਹੂੰ ਤਬ ਸੇ ਹੀ ਕਰਤੀ ਹੂੰ। ਸ਼ਾਇਦ ਪਹਿਲੇ ਨਹੀਂ ਕਰਤੀ ਥੀ ਲੇਕਿਨ ਹਾਂ ਉਨਕੇ ਜਾਣੇ ਕੇ ਬਾਅਦ ਸੇ ਤੋ ਬਹੁਤ ਜ਼ਿਆਦਾ। ਜਸਟਿਸ ਕੀ ਯੇ ਕਿਆ ਕਹਿਣਾ ਚਾਹੋਗੇ? ਮਿਲਣਾ ਚਾਹੀਏ ਜੋ ਕਿ ਹਮਾਰੇ ਯਹਾਂ ਅਭੀ ਤੱਕ ਕੁਛ ਵੀ ਨਹੀਂ ਹੋ ਰਹਾ। ਵੀ ਵਾਂਟ ਜਸਟਿਸ ਔਰ ਸਭ ਕੋ ਆਵਾਜ਼ ਉਠਾਨੀ ਵੀ ਚਾਹੀਏ ਰਾਈਟ ਚੀਜ਼ ਕੇ ਲੀਏ। ਭਾਜੀ ਮੈਨੂੰ ਸਮਝ ਨਹੀਂ ਲੱਗ ਰਿਹਾ ਕਿਵੇਂ ਲੱਗ ਰਿਹਾ ਹੈ, ਦਰਦ ਵੀ ਹੋ ਰਿਹਾ ਹੈ ਔਰ ਬਸ ਘਰਾਂ ਲਈ ਖੁਸ਼ੀ ਵੀ ਹੋ ਰਹੀ ਹੈ, ਬਸ ਇਸਕੇ ਇਲਾਵਾ ਕਿਆ ਕਹਿ ਸਕਦੇ ਹੈ? ਬਾਕੀ ਮੈਂ ਬਹੁਤ ਖੁਸ਼ ਹੋਤਾ, ਅਗਰ ਭਾਜੀ ਅਗਰ ਹੋਤੇ ਤੋ ਮੈਂ ਆਤਾ ਜ਼ਿਆਦਾ ਖੁਸ਼ ਹੋਤਾ, ਬਟ ਇੱਕ ਅਜੀਬ ਸੀ ਫੀਲਿੰਗ ਹੈ ਭਾਜੀ, ਵੋ ਐਕਸਪ੍ਰੈਸ ਨਹੀਂ ਕਰ ਸਕਤੇ ਕੈਸੀ ਫੀਲਿੰਗ ਹੈ। ਕਬ ਸੇ ਫੋਲੋ ਕਰਤੇ ਹੈ, ਕੌਨ ਸਬਸੇ ਜ਼ਿਆਦਾ ਫੋਲੋ ਕਰਤਾ ਹੈ ਫੈਮਿਲੀ? ਭਾਜੀ ਹਮ ਤੋ ਰੋਏ ਹੈ, ਯੇ ਦੇਖੋ ਭਾਜੀ ਇੱਕ ਚੀਜ਼ ਹੈ ਬੜੀ ਪਿਆਰੀ, ਹਮਾਰੇ ਘਰ ਮੇਂ ਸ਼ਾਦੀ ਥੀ। ਸਾਰੇ ਫੋਲੋ ਕਰਦੇ ਭਾਜੀ, ਕੇਕ ਵੀ ਕਾਟੇ ਸਭ ਕੁਛ ਕਰਿਆ ਬਹੁਤ। ਮੇਰਾ ਬਰਥਡੇ ਤਾਂ ਭਾਜੀ 30 ਮਈ ਕੋ, ਜਬ 29 ਮਈ ਕੋ ਹੋਗਾ ਨਾ ਹਾਦਸਾ, ਹਮ ਸ਼ਿਮਲਾ ਗਏ ਤੇ ਭਾਜੀ ਬਰਥਡੇ ਬਣਾਇਆ ਨਹੀਂ।